ਅਮਨ ਤਾਂ ਰੋਜ਼ ਦੀ ਤਰ੍ਹਾਂ ਕਾਲਜ ਜਾਣ ਲਈ ਤਿਆਰ ਹੋ ਰਿਹਾ ਸੀ, ਪਰ ਇਸ ਨੂੰ ਕੀ ਪਤਾ ਕਿ ਇਸ ਨਾਲ ਕੀ ਹੋਣ ਜਾ ਰਿਹਾ। ਆਓ ਵੇਖਦੇ ਹਾਂ ਅਮਨ ਦੀ ਡਿਪਰੈਸ਼ਨ ਦੀ ਕਹਾਣੀ। वाह, पिछले दो तीन दिनों तो अमन नाल ये सब कुछ हो रहा सी। इस नाल वह बीमार हो गया अते वह डिप्रैशन का शिकार हो गया। आखिर की होया सी इस क्लासरूम विच कि अमन नूं इह सब कुछ झेलना पिया। रोहित प्रगट सर, अमन प्रेजेंट सर, राजन प्रेजेंट सर, चरण प्रेजेंट सर, रजनी थरेले जी, रात को पेपर की तैयारी करता पिया सी ते जल्दी सवेरे उठ गया। पूजा पुत्र जान के बैठ गए। थैंक्स सर। हां जी बच्चों, मैं आपको पिछले पेपर की परफॉर्मेंस दसने जा रहे हैं। चरण ते काफी अच्छे मार्क्स आए ने अमन के मुकाबले। तो मैं
ਜੀ ਬੱਚੋ 15 ਮਿੰਟ ਦੇ ਅੰਦਰ ਅੰਦਰ ਪੇਪਰ ਸਟਾਰਟ ਹੋਣ ਜਾ ਰਿਹਾ ਤੁਸੀਂ ਪੂਰੀ ਤਿਆਰੀ ਕਰੋ। ਜਰਾ ਤੇਰਾ ਪਛੜੀ ਗਾ ਸਾਰੇ ਬੱਚੇ ਕਹਿੰਦੇ ਹੁੰਦੇ ਬੇਟਾ ਇਹ ਕੀ ਮੈਨੂੰ ਨੀ ਪਤਾ ਨਹੀਂ ਮੈਨੂੰ ਤਾਂ ਲੱਗਦਾ ਸਾਰੇ ਪੇਪਰ ਦਿੱਤੇ ਹੀ ਇੱਦਾਂ ਨਹੀਂ ਮੈਂ ਸਾਰੇ ਪੇਪਰ ਆਪਣੀ ਮਿਹਨਤ ਨਾਲ ਦਿੱਤੇ ਸਾਰੀ ਰਾਤ ਤੇ ਫਿਰ ਇਹ ਪਰਚੀ ਕਿੱਥੋਂ ਨਿਕਲੀ ਇਹ ਮੈਂ ਹੁਣ ਦੇਖਦਾ ਤੁਹਾਨੂੰ ਕੰਪਲੀਟ ਕਰਾਂ ਮੈਨੂੰ ਨਹੀਂ ਪਤਾ ਸਰ ਸੌਰੀ ਯੂ ਆਰ ਅੰਡਰਸਟੈਂਡਿੰਗ ਸਰ ਇਹ ਮੇਰੀ ਨਹੀਂ ਹੈਗੀ ਚਰਨ ਦੇ ਕਾਲਜ ਤੋਂ ਕੱਢੇ ਜਾਣ ਤੋਂ ਬਾਅਦ ਚਰਨ ਪੂਰੀ ਤਰ੍ਹਾਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ ਚਰਨ ਅਮਨ ਨੂੰ ਇਹ ਅਹਿਸਾਸ ਦਿਲਾਉਣਾ ਚਾਹੁੰਦਾ ਸੀ ਕਿ ਉਸ ਨੇ ਇੱਕ ਸਾਲ ਵਿੱਚ ਕੀ ਸਿਹਾ ਜੇ ਚਰਨ ਅਮਨ ਵਾਂਗ ਸੁਸਾਈਡ ਕਰਨ ਦੀ ਕੋਸ਼ਿਸ਼ ਕਰਦਾ ਤਾਂ ਅੱਜ ਅਮਨ ਨੂੰ ਇਹ ਸਬਕ ਨਹੀਂ ਮਿਲਣਾ ਸੀ ਉਹ ਕਹਿੰਦੇ ਆ ਨਾ ਉਸ ਦੇ ਨਾਲ ਯਾਰੀ ਕਦੇ ਨਾ ਕਰੀ ਜਿਸ ਨੂੰ ਯਾਰੀ ਉੱਤੇ ਗਰੂਰ ਹੋਵੇ ਮਾਪਿਆਂ ਦਾ ਦਿਲ ਕਦੇ ਨਾ ਤੋੜੀ ਭਾਵੇਂ ਲੱਖ ਉਹਨਾਂ ਦਾ ਕਸੂਰ ਹੋਵੇ ਰਾਹ ਜਾਂਦੇ ਨੂੰ ਦਿਲ ਨਾ ਦੇਈ ਭਾਵੇਂ ਲੱਖ ਚਿਹਰੇ ਤੇ ਨੂਰ ਹੋਵੇ ਉਹ ਬੁੱਲਿਆ ਯਾਰੀ ਸਿਰਫ ਉੱਥੇ ਕਰੀ ਜਿੱਥੇ ਯਾਰੀ ਨਿਭਾਉਣ ਦਾ ਦਸਤੂਰ ਹੋਵੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਅੱਗੇ ਤੋਂ ਅੱਗੇ ਤੁਹਾਡੇ ਲਈ ਵੀਡੀਓਜ਼ ਲਿਆਉਂਦੇ ਰਹਾਂਗੇ ਥੈਂਕ ਯੂ